ਭੇਤ ਭਰੇ ਹਾਲਾਤਾਂ ਦੇ ਵਿੱਚ ਇੱਕ ਨਰਸ ਦੀ ਮੌਤ ਹੋਈ ਔਰ ਉਸਦੀ ਲਾਸ਼ ਹੋਸਟਲ ਦੇ ਕਮਰੇ ਦੇ ਵਿੱਚੋਂ ਬਰਾਮਦ ਹੋਈ। ਪਿਤਾ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ। ਉਹਨਾਂ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਵੀ ਡਿਲੀਟ ਕੀਤੀਆਂ ਗਈਆਂ ਨੇ। ਤਾਂ ਦੱਸਦੀ ਹੈ ਕਿ ਇੱਕ ਨਰਸ ਜੋ ਕਿ ਨਿੱਜੀ ਹਸਪੀਟਲ ਦੇ ਵਿੱਚ ਕੰਮ ਕਰਦੀ ਸੀ ਪਿਛਲੇ 2 ਸਾਲਾਂ ਤੋਂ, ਉਸਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ। ਹਾਲਾਂਕਿ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਸਟਾਫ ਨਰਸ ਦਾ ਕੰਮ ਕਰਦੀ ਇੱਕ ਲੜਕੀ ਦੀ ਹੋਸਟਲ ਦੇ ਅੰਦਰ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ। ਜਾਣਕਾਰੀ ਦਿੰਦੇ ਹੋਏ ਨਰਸ ਦੇ ਪਿਤਾ ਸੁਖਬੀਰ ਸਿੰਘ ਵਾਸੀ ਲੱਖੋ ਕੇ ਬਹਿਰਾਮ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਪਿਛਲੇ ਕਰੀਬ 2 ਸਾਲਾਂ ਤੋਂ ਨਿੱਜੀ ਹਸਪਤਾਲ ਦੇ ਵਿੱਚ ਬਤੌਰ ਸਟਾਫ ਨਰਸ ਦੀ ਨੌਕਰੀ ਕਰਦੀ ਸੀ। ਉਹਨਾਂ ਦੱਸਿਆ ਕਿ ਬੀਤੇ ਦਿਨੀ ਕਰੀਬ 8:30 ਵਜੇ ਫੋਨ ਦੇ ਜ਼ਰੀਏ ਉਹਨਾਂ ਨੂੰ ਪਤਾ ਲੱਗਾ ਕਿ ਨਵਨੀਤ ਦੀ ਮੌਤ ਹੋ ਗਈ। ਜਦੋਂ ਉਹਨਾਂ ਨੇ ਹਸਪਤਾਲ ਦੇ ਵਿੱਚ ਆ ਕੇ ਦੇਖਿਆ ਤਾਂ ਉਸਦੀ ਲਾਸ਼ ਐਮਰਜੈਂਸੀ ਵਾਰਡ ਦੇ ਵਿੱਚ ਪਈ ਸੀ। ਤਾਂ ਪਿਤਾ ਦੇ ਵੱਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਉਹਨਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਔਰ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਉਹ ਡਿਲੀਟ ਕੀਤੀਆਂ ਗਈਆਂ ਨੇ। ਫਿਲਹਾਲ ਇਸ ਮਾਮਲੇ ਦੇ ਵਿੱਚ ਹਸਪਤਾਲ ਪ੍ਰਸ਼ਾਸਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ, ਪਰ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅੱਜ ਇੱਥੇ ਕਿਵੇਂ ਆਏ ਸੀਗੇ ਤੁਸੀਂ, ਹਸਪੀਟਲ ਕਿਵੇਂ ਖੜੇ ਹੋ? ਮੇਰੀ ਬੇਟੀ ਐਕਸਪਾਇਰ ਹੋ ਗਈ ਸੀ ਜੀ। ਕੀ ਨਾਮ ਹੈ ਜੀ ਉਹਦਾ ਜੀ? ਨਵਨੀਤ ਕੌਰ ਜੀ। ਕੀ ਕੰਮ ਕਰਦੀ ਸੀ? ਉਹ ਸਟਾਫ ਨਰਸ ਸੀ ਬੌਗੀ ਹਸਪੀਟਲ ਜੀ। ਕਿੰਨੀ ਦੇਰ ਤੋਂ ਕੰਮ ਕਰ ਰਹੀ ਹੈ ਇੱਥੇ? ਤਕਰੀਬਨ 2 ਸਾਲ ਜੀ। ਡੈਥ ਕਿਵੇਂ ਹੋਈ ਹੈ? ਡੈਥ ਉਹਦੀ ਜੀ, ਕਿਸੇ ਨੇ ਟੀਕਾ ਲਗਾਇਆ ਜੀ ਕੁੜੀ ਦਾ, ਉਹ ਨਾਂ ਹੈਗਾ ਜੀ, ਕੀ ਨਾਂ ਜੀ, ਨਾਂ ਰੁਪਿੰਦਰ ਕੌਰ ਜੀ। ਕਿਉਂ ਟੀਕਾ ਕਿਉਂ ਲਾਇਆ, ਇੱਦਾਂ ਦੀ ਕਿਹੜੀ ਨੌਬਤ ਆਈ ਔਰ ਕਾਹਦਾ ਟੀਕਾ ਲਗਾਇਆ ਗਿਆ? ਟੀਕਾ ਕੋਈ ਪਤਾ ਨਹੀਂ ਕਿਹੜਾ ਲਗਾਇਆ ਗਿਆ ਜੀ, ਉਹ ਪੁਲਿਸ ਦੇ ਕੋਲ ਬਰਾਮਦ ਕੀਤਾ ਹੋਇਆ। ਤੁਹਾਨੂੰ ਕਿਸ ਨੇ ਸੂਚਿਤ ਕੀਤਾ ਜੀ? ਮੇਰੀ ਭਾਣਜੀ, ਇੱਥੇ ਸਟਾਫ ਨਰਸ ਲੱਗੀ ਸੀ, ਉਸਨੇ 8:30 ਵਜੇ। ਕਿੰਨੀ ਤਰੀਕ ਨੂੰ ਜੀ? 7 ਤਰੀਕ ਨੂੰ। ਫੋਨ ਇੱਥੇ ਪੋਸਟਮਾਰਟਮ ਲਈ ਆਏ? ਹਾਂਜੀ, ਪੋਸਟਮਾਰਟਮ। ਕੀ ਮੰਗ ਕੀ ਕਰਦੇ ਹੋ ਜੀ? ਮੰਗ ਅਸੀਂ ਇਨਸਾਫ ਦੀ ਕਰਦੇ ਹਾਂ ਜੀ, ਜੋ ਵੀ ਸਾਨੂੰ ਗਰੀਬ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ। ਇਹ ਗੁੜੀਆ ਦਾ ਨਾਮ ਕੀ ਹੈ ਤੇ ਉਮਰ ਕਿੰਨੀ ਹੈ? ਨਵਨੀਤ ਕੌਰ ਜੀ, 27-28 ਸਾਲ। ਲੜਕੀ ਨਵਨੀਤ ਕੌਰ ਹੈ, ਇਹ ਨਰਸ ਸਟਾਫ ਲੱਗੀ ਸੀ ਬਾਗੀ ਹੋਸਪਿਟਲ, ਜਿਹਦੀ ਮਿਤੀ 7/4/2024 ਨੂੰ ਡੈਥ ਹੋਈ ਹੈ, ਜਿਹਦੇ ਬਾਰੇ ਤਫਤੀਸ਼ ਚੱਲ ਰਹੀ ਹੈ। ਅਤੇ ਪੋਸਟਮਾਰਟਮ ਡੈਡ ਬੋਡੀ ਅਸੀਂ ਲੈ ਕੇ ਆਏ ਸਿਵਲ ਹੋਸਪਿਟਲ, ਜਿਹੜੀ ਕਾਰਵਾਈ ਹੋਏਗੀ, ਜੋ ਰਿਪੋਰਟ ਆਏਗੀ ਉਸ ਤਰਫ ਕਾਰਵਾਈ ਹੋਣ 'ਚ ਲਿਆ ਜਾਏ। ਘਰ ਵਾਲਿਆਂ ਵੱਲੋਂ ਇਹਨਾਂ 'ਤੇ ਦੋਸ਼ ਲਾਏ ਜਾ ਰਹੇ ਆ ਕਿ ਸਾਡੀ ਕੁੜੀ ਵੱਲੋਂ ਜਿਹੜਾ ਸੁਸਾਈਡ ਨਹੀਂ ਕੀਤਾ ਗਿਆ, ਜਿਸ ਕਰਕੇ ਜਿਹੜਾ ਹੋਸਪਿਟਲ ਮੈਨੇਜਮੈਂਟ ਹੈ ਉਹ ਸ਼ੱਕ ਦੇ ਘੇਰੇ 'ਚ। ਤੁਹਾਡਾ ਕੀ ਕਹਿਣਾ ਜੀ? ਕੀ ਸਰ, ਹਜੇ ਪੋਸਟਮਾਰਟਮ ਰਿਪੋਰਟ ਆਏਗੀ, ਪੋਸਟਮਾਰਟਮ ਕਰਾਵਾਂਗੇ, ਉਸ ਤੋਂ ਬਾਅਦ ਜੋ ਰਿਪੋਰਟ ਆਏਗੀ ਉਸ ਮੁਤਾਬਕ ਕਾਰਵਾਈ ਹੋਏਗੀ। ਹਜੇ ਕੋਈ ਫਿਲਹਾਲ ਪਤਾ ਨਹੀਂ ਲੱਗ ਰਿਹਾ ਕੀ ਮੈਟਰ ਹੈ। ਭੇਤ ਭਰੇ ਹਾਲਾਤਾਂ ਦੇ ਵਿੱਚ ਇੱਕ ਨਰਸ ਦੀ ਮੌਤ ਹੋਈ ਔਰ ਉਸਦੀ ਲਾਸ਼ ਹੋਸਟਲ ਦੇ ਕਮਰੇ ਦੇ ਵਿੱਚੋਂ ਬਰਾਮਦ ਹੋਈ। ਪਿਤਾ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ। ਉਹਨਾਂ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਵੀ ਡਿਲੀਟ ਕੀਤੀਆਂ ਗਈਆਂ ਨੇ। ਤਾਂ ਦੱਸਦੀ ਹੈ ਕਿ ਇੱਕ ਨਰਸ ਜੋ ਕਿ ਨਿੱਜੀ ਹਸਪੀਟਲ ਦੇ ਵਿੱਚ ਕੰਮ ਕਰਦੀ ਸੀ ਪਿਛਲੇ 2 ਸਾਲਾਂ ਤੋਂ, ਉਸਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ। ਹਾਲਾਂਕਿ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਸਟਾਫ ਨਰਸ ਦਾ ਕੰਮ ਕਰਦੀ ਇੱਕ ਲੜਕੀ ਦੀ ਹੋਸਟਲ ਦੇ ਅੰਦਰ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ। ਜਾਣਕਾਰੀ ਦਿੰਦੇ ਹੋਏ ਨਰਸ ਦੇ ਪਿਤਾ ਸੁਖਬੀਰ ਸਿੰਘ ਵਾਸੀ ਲੱਖੋ ਕੇ ਬਹਿਰਾਮ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਪਿਛਲੇ ਕਰੀਬ 2 ਸਾਲਾਂ ਤੋਂ ਨਿੱਜੀ ਹਸਪਤਾਲ ਦੇ ਵਿੱਚ ਬਤੌਰ ਸਟਾਫ ਨਰਸ ਦੀ ਨੌਕਰੀ ਕਰਦੀ ਸੀ। ਉਹਨਾਂ ਦੱਸਿਆ ਕਿ ਬੀਤੇ ਦਿਨੀ ਕਰੀਬ 8:30 ਵਜੇ ਫੋਨ ਦੇ ਜ਼ਰੀਏ ਉਹਨਾਂ ਨੂੰ ਪਤਾ ਲੱਗਾ ਕਿ ਨਵਨੀਤ ਦੀ ਮੌਤ ਹੋ ਗਈ।
ਜਦੋਂ ਉਹਨਾਂ ਨੇ ਹਸਪਤਾਲ ਦੇ ਵਿੱਚ ਆ ਕੇ ਦੇਖਿਆ ਤਾਂ ਉਸਦੀ ਲਾਸ਼ ਐਮਰਜੈਂਸੀ ਵਾਰਡ ਦੇ ਵਿੱਚ ਪਈ ਸੀ। ਤਾਂ ਪਿਤਾ ਦੇ ਵੱਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਉਹਨਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਔਰ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਉਹ ਡਿਲੀਟ ਕੀਤੀਆਂ ਗਈਆਂ ਨੇ। ਫਿਲਹਾਲ ਇਸ ਮਾਮਲੇ ਦੇ ਵਿੱਚ ਹਸਪਤਾਲ ਪ੍ਰਸ਼ਾਸਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ, ਪਰ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅੱਜ ਇੱਥੇ ਕਿਵੇਂ ਆਏ ਸੀਗੇ ਤੁਸੀਂ, ਹਸਪੀਟਲ ਕਿਵੇਂ ਖੜੇ ਹੋ? ਮੇਰੀ ਬੇਟੀ ਐਕਸਪਾਇਰ ਹੋ ਗਈ ਸੀਗੀ। ਕੀ ਨਾਮ ਹੈ ਜੀ ਉਹਦਾ ਜੀ? ਨਵਨੀਤ ਕੌਰ ਜੀ। ਕੀ ਕੰਮ ਕਰਦੀ ਸੀ? ਉਹ ਸਟਾਫ ਨਰਸ ਸੀ ਬੌਗੀ ਹਸਪੀਟਲ ਜੀ। ਕਿੰਨੀ ਦੇਰ ਤੋਂ ਕੰਮ ਕਰ ਰਹੀ ਹੈ ਇੱਥੇ? ਤਕਰੀਬਨ 2 ਸਾਲ ਜੀ। ਡੈਥ ਕਿਵੇਂ ਹੋਈ ਹੈ? ਡੈਥ ਉਹਦੀ ਜੀ, ਕਿਸੇ ਨੇ ਟੀਕਾ ਲਗਾਇਆ ਜੀ ਕੁੜੀ ਦਾ, ਉਹ ਨਾਂ ਹੈਗਾ ਜੀ ਕੀ ਨਾਂ ਜੀ ਨਾਮ ਹਰਪਿੰਦਰ ਕੌਰ ਜੀ। ਕਿਉਂ ਟੀਕਾ ਕਿਉਂ ਲਾਇਆ, ਇੱਦਾਂ ਦੀ ਕਿਹੜੀ ਨੌਬਤ ਆਈ ਔਰ ਕਾਹਦਾ ਟੀਕਾ ਲਗਾਇਆ ਗਿਆ? ਟੀਕਾ ਕੋਈ ਪਤਾ ਨਹੀਂ ਕਿਹੜਾ ਲਗਾਇਆ ਗਿਆ ਜੀ, ਉਹ ਪੁਲਿਸ ਦੇ ਕੋਲ ਬਰਾਮਦ ਕੀਤਾ ਹੋਇਆ। ਤੁਹਾਨੂੰ ਕਿਸ ਨੇ ਸੂਚਿਤ ਕੀਤਾ ਜੀ? ਮੇਰੀ ਭਾਣਜੀ, ਇੱਥੇ ਸਟਾਫ ਨਰਸ ਲੱਗੀ ਸੀ, ਉਸਨੇ 8:30 ਵਜੇ। ਕਿੰਨੀ ਤਰੀਕ ਨੂੰ ਜੀ? 7 ਤਰੀਕ ਨੂੰ ਜੀ। ਹੁਣ ਇੱਥੇ ਪੋਸਟਮਾਰਟਮ ਲਈ ਆਏ? ਹਾਂਜੀ ਪੋਸਟਮਾਰਟਮ। ਕੀ ਮੰਗ ਕੀ ਕਰਦੇ ਹੋ ਜੀ? ਮੰਗ ਅਸੀਂ ਇਨਸਾਫ ਦੀ ਕਰਦੇ ਹਾਂ ਜੀ, ਜੋ ਵੀ ਸਾਨੂੰ ਗਰੀਬ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ। ਇਹ ਗੁੜੀਆ ਦਾ ਨਾਮ ਕੀ ਹੈ ਅਤੇ ਉਮਰ ਕਿੰਨੀ? ਨਵਨੀਤ ਕੌਰ ਜੀ, 27-28 ਸਾਲ। ਲੜਕੀ ਨਵਨੀਤ ਕੌਰ ਹੈ, ਇਹ ਨਰਸ ਸਟਾਫ ਲੱਗੀ ਸੀ ਬਾਗੀ ਹੋਸਪਿਟਲ, ਜਿਹਦੀ ਮਿਤੀ 7/4/2024 ਨੂੰ ਡੈਥ ਹੋਈ ਹੈ, ਜਿਹਦੇ ਬਾਰੇ ਤਫਤੀਸ਼ ਚੱਲ ਰਹੀ ਹੈ। ਅਤੇ ਪੋਸਟਮਾਰਟਮ ਦੀ ਡੈਡ ਬੋਡੀ ਅਸੀਂ ਲੈ ਕੇ ਆਏ ਸਿਵਲ ਹੋਸਪਿਟਲ, ਜਿਹੜੀ ਕਾਰਵਾਈ ਹੋਏਗੀ, ਜੋ ਰਿਪੋਰਟ ਆਏਗੀ ਉਸ ਤਰਫ ਕਾਰਵਾਈ ਹੋਣ 'ਚ ਲਿਆ ਜਾਏ। ਘਰ ਵਾਲਿਆਂ ਵੱਲੋਂ ਇਹਨਾਂ 'ਤੇ ਦੋਸ਼ ਲਾਏ ਜਾ ਰਹੇ ਆ ਕਿ ਸਾਡੀ ਕੁੜੀ ਵੱਲੋਂ ਜਿਹੜਾ ਸੁਸਾਈਡ ਨਹੀਂ ਕੀਤਾ ਗਿਆ, ਜਿਸ ਕਰਕੇ ਜਿਹੜਾ ਹੋਸਪਿਟਲ ਮੈਨੇਜਮੈਂਟ ਹੈ ਉਹ ਸ਼ੱਕ ਦੇ ਘੇਰੇ 'ਚ। ਤੁਹਾਡਾ ਕੀ ਕਹਿਣਾ ਜੀ? ਕੀ ਹੋ ਸਕਦਾ? ਹਜੇ ਪੋਸਟਮਾਰਟਮ ਰਿਪੋਰਟ ਆਏਗੀ, ਪੋਸਟਮਾਰਟਮ ਕਰਾਵਾਂਗੇ, ਉਸ ਤੋਂ ਬਾਅਦ ਹੀ ਜੋ ਰਿਪੋਰਟ ਆਏਗੀ ਉਸ ਮੁਤਾਬਕ ਕਾਰਵਾਈ ਹੋਏਗੀ। ਹਜੇ ਕੋਈ ਫਿਲਹਾਲ ਪਤਾ ਨਹੀਂ ਲੱਗ ਰਿਹਾ ਕੀ ਮੈਟਰ ਹੈ। ਭੇਤ ਭਰੇ ਹਾਲਾਤਾਂ ਦੇ ਵਿੱਚ ਇੱਕ ਨਰਸ ਦੀ ਮੌਤ ਹੋਈ ਔਰ ਉਸਦੀ ਲਾਸ਼ ਹੋਸਟਲ ਦੇ ਕਮਰੇ ਦੇ ਵਿੱਚੋਂ ਬਰਾਮਦ ਹੋਈ। ਪਿਤਾ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ। ਉਹਨਾਂ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਵੀ ਡਿਲੀਟ ਕੀਤੀਆਂ ਗਈਆਂ ਨੇ। ਤਾਂ ਦੱਸਦੀ ਹੈ ਕਿ ਇੱਕ ਨਰਸ ਜੋ ਕਿ ਨਿੱਜੀ ਹਸਪੀਟਲ ਦੇ ਵਿੱਚ ਕੰਮ ਕਰਦੀ ਸੀ ਪਿਛਲੇ 2 ਸਾਲਾਂ ਤੋਂ, ਉਸਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ। ਹਾਲਾਂਕਿ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਸਟਾਫ ਨਰਸ ਦਾ ਕੰਮ ਕਰਦੀ ਇੱਕ ਲੜਕੀ ਦੀ ਹੋਸਟਲ ਦੇ ਅੰਦਰ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ। ਜਾਣਕਾਰੀ ਦਿੰਦੇ ਹੋਏ ਨਰਸ ਦੇ ਪਿਤਾ ਸੁਖਬੀਰ ਸਿੰਘ ਵਾਸੀ ਲੱਖੋ ਕੇ ਬਹਿਰਾਮ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਪਿਛਲੇ ਕਰੀਬ 2 ਸਾਲਾਂ ਤੋਂ ਨਿੱਜੀ ਹਸਪਤਾਲ ਦੇ ਵਿੱਚ ਬਤੌਰ ਸਟਾਫ ਨਰਸ ਦੀ ਨੌਕਰੀ ਕਰਦੀ ਸੀ। ਉਹਨਾਂ ਦੱਸਿਆ ਕਿ ਬੀਤੇ ਦਿਨੀ ਕਰੀਬ 8:30 ਵਜੇ ਫੋਨ ਦੇ ਜ਼ਰੀਏ ਉਹਨਾਂ ਨੂੰ ਪਤਾ ਲੱਗਾ ਕਿ ਨਵਨੀਤ ਦੀ ਮੌਤ ਹੋ ਗਈ। ਜਦੋਂ ਉਹਨਾਂ ਨੇ ਹਸਪਤਾਲ ਦੇ ਵਿੱਚ ਆ ਕੇ ਦੇਖਿਆ ਤਾਂ ਉਸਦੀ ਲਾਸ਼ ਐਮਰਜੈਂਸੀ ਵਾਰਡ ਦੇ ਵਿੱਚ ਪਈ ਸੀ। ਤਾਂ ਪਿਤਾ ਦੇ ਵੱਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਉਹਨਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਔਰ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਉਹ ਡਿਲੀਟ ਕੀਤੀਆਂ ਗਈਆਂ ਨੇ। ਫਿਲਹਾਲ ਇਸ ਮਾਮਲੇ ਦੇ ਵਿੱਚ ਹਸਪਤਾਲ ਪ੍ਰਸ਼ਾਸਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ, ਪਰ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅੱਜ ਇੱਥੇ ਕਿਵੇਂ ਆਏ ਸੀਗੇ ਤੁਸੀਂ, ਹਸਪੀਟਲ ਕਿਵੇਂ ਖੜੇ ਹੋ? ਮੇਰੀ ਬੇਟੀ ਐਕਸਪਾਇਰ ਹੋ ਗਈ ਸੀਗੀ। ਕੀ ਨਾਮ ਹੈ ਜੀ ਉਹਦਾ ਜੀ? ਨਵਨੀਤ ਕੌਰ ਜੀ। ਕੀ ਕੰਮ ਕਰਦੀ ਸੀ? ਉਹ ਸਟਾਫ ਨਰਸ ਸੀ ਬੌਗੀ ਹਸਪੀਟਲ ਜੀ। ਕਿੰਨੀ ਦੇਰ ਤੋਂ ਕੰਮ ਕਰ ਰਹੀ ਹੈ ਇੱਥੇ? ਤਕਰੀਬਨ 2 ਸਾਲ ਜੀ। ਡੈਥ ਕਿਵੇਂ ਹੋਈ ਹੈ? ਡੈਥ ਉਹਦੀ ਜੀ, ਕਿਸੇ ਨੇ ਟੀਕਾ ਲਗਾਇਆ ਜੀ ਕੁੜੀ ਦਾ, ਉਹ ਨਾਂ ਹੈਗਾ ਜੀ ਕੀ ਨਾਂ ਜੀ ਨਾਮ ਹਰਪਿੰਦਰ ਕੌਰ ਜੀ। ਕਿਉਂ ਟੀਕਾ ਕਿਉਂ ਲਾਇਆ, ਇੱਦਾਂ ਦੀ ਕਿਹੜੀ ਨੌਬਤ ਆਈ ਔਰ ਕਾਹਦਾ ਟੀਕਾ ਲਗਾਇਆ ਗਿਆ? ਟੀਕਾ ਕੋਈ ਪਤਾ ਨਹੀਂ ਕਿਹੜਾ ਲਗਾਇਆ ਗਿਆ ਜੀ, ਉਹ ਪੁਲਿਸ ਦੇ ਕੋਲ ਬਰਾਮਦ ਕੀਤਾ ਹੋਇਆ। ਤੁਹਾਨੂੰ ਕਿਸ ਨੇ ਸੂਚਿਤ ਕੀਤਾ ਜੀ? ਮੇਰੀ ਭਾਣਜੀ, ਇੱਥੇ ਸਟਾਫ ਨਰਸ ਲੱਗੀ ਸੀ, ਉਸਨੇ 8:30 ਵਜੇ
ਕਿੰਨੀ ਤਰੀਕ ਨੂੰ ਜੀ? 7 ਤਰੀਕ ਨੂੰ ਜੀ। ਹੁਣ ਇੱਥੇ ਪੋਸਟਮਾਰਟਮ ਲਈ ਆਏ? ਹਾਂਜੀ ਪੋਸਟਮਾਰਟਮ। ਕੀ ਮੰਗ ਕੀ ਕਰਦੇ ਹੋ ਜੀ? ਮੰਗ ਅਸੀਂ ਇਨਸਾਫ਼ ਦੀ ਕਰਦੇ ਹਾਂ ਜੀ, ਜੋ ਵੀ ਸਾਨੂੰ ਗਰੀਬ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇ। ਇਹ ਗੁੜੀਆ ਦਾ ਨਾਮ ਕੀ ਹੈ ਅਤੇ ਉਮਰ ਕਿੰਨੀ? ਨਵਨੀਤ ਕੌਰ ਜੀ, 27-28 ਸਾਲ। ਲੜਕੀ ਨਵਨੀਤ ਕੌਰ ਹੈ, ਇਹ ਨਰਸ ਸਟਾਫ ਲੱਗੀ ਸੀ ਬਾਗੀ ਹੋਸਪਿਟਲ, ਜਿਹਦੀ ਮਿਤੀ 7/4/2024 ਨੂੰ ਡੈਥ ਹੋਈ ਹੈ, ਜਿਹਦੇ ਬਾਰੇ ਤਫਤੀਸ਼ ਚੱਲ ਰਹੀ ਹੈ। ਅਤੇ ਪੋਸਟਮਾਰਟਮ ਦੀ ਡੈਡ ਬੋਡੀ ਅਸੀਂ ਲੈ ਕੇ ਆਏ ਸਿਵਲ ਹੋਸਪਿਟਲ, ਜਿਹੜੀ ਕਾਰਵਾਈ ਹੋਈ, ਜੋ ਰਿਪੋਰਟ ਆਈ ਉਸ ਤਰਫ ਕਾਰਵਾਈ ਹੋ ਚੁੱਕੀ ਹੈ। ਘਰ ਵਾਲਿਆਂ ਵੱਲੋਂ ਇਹਨਾਂ 'ਤੇ ਦੋਸ਼ ਲਾਏ ਜਾ ਰਹੇ ਆ ਕਿ ਸਾਡੀ ਕੁੜੀ ਵੱਲੋਂ ਜਿਹੜਾ ਸੁਸਾਈਡ ਨਹੀਂ ਕੀਤਾ ਗਿਆ, ਜਿਸ ਕਰਕੇ ਜਿਹੜਾ ਹੋਸਪਿਟਲ ਮੈਨੇਜਮੈਂਟ ਹੈ ਉਹ ਸ਼ੱਕ ਦੇ ਘੇਰੇ 'ਚ। ਤੁਹਾਡਾ ਕੀ ਕਹਿਣਾ ਜੀ? ਕੀ ਹੋ ਸਕਦਾ? ਹਜੇ ਪੋਸਟਮਾਰਟਮ ਰਿਪੋਰਟ ਆਏਗੀ, ਪੋਸਟਮਾਰਟਮ ਕਰਾਵਾਂਗੇ, ਉਸ ਤੋਂ ਬਾਅਦ ਹੀ ਜੋ ਰਿਪੋਰਟ ਆਏਗੀ ਉਸ ਮੁਤਾਬਕ ਕਾਰਵਾਈ ਹੋਏਗੀ। ਹਜੇ ਕੋਈ ਫਿਲਹਾਲ ਪਤਾ ਨਹੀਂ ਲੱਗ ਰਿਹਾ ਕੀ ਮੈਟਰ ਹੈ। ਭੇਤ ਭਰੇ ਹਾਲਾਤਾਂ ਦੇ ਵਿੱਚ ਇੱਕ ਨਰਸ ਦੀ ਮੌਤ ਹੋਈ ਔਰ ਉਸਦੀ ਲਾਸ਼ ਹੋਸਟਲ ਦੇ ਕਮਰੇ ਦੇ ਵਿੱਚੋਂ ਬਰਾਮਦ ਹੋਈ। ਪਿਤਾ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ। ਉਹਨਾਂ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਵੀ ਡਿਲੀਟ ਕੀਤੀਆਂ ਗਈਆਂ ਨੇ। ਤਾਂ ਦੱਸਦੇ ਕਿ ਇੱਕ ਨਰਸ ਜੋ ਕਿ ਨਿੱਜੀ ਹਸਪਤਾਲ ਦੇ ਵਿੱਚ ਕੰਮ ਕਰਦੀ ਸੀ ਪਿਛਲੇ 2 ਸਾਲਾਂ ਤੋਂ, ਉਸਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ। ਹਾਲਾਂਕਿ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਸਟਾਫ ਨਰਸ ਦਾ ਕੰਮ ਕਰਦੀ ਇੱਕ ਲੜਕੀ ਦੀ ਹੋਸਟਲ ਦੇ ਅੰਦਰ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ। ਜਾਣਕਾਰੀ ਦਿੰਦੇ ਹੋਏ ਨਰਸ ਦੇ ਪਿਤਾ ਸੁਖਬੀਰ ਸਿੰਘ ਵਾਸੀ ਲੱਖੋ ਕੇ ਬਹਿਰਾਮ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਪਿਛਲੇ ਕਰੀਬ 2 ਸਾਲਾਂ ਤੋਂ ਨਿੱਜੀ ਹਸਪਤਾਲ ਦੇ ਵਿੱਚ ਬਤੌਰ ਸਟਾਫ ਨਰਸ ਦੀ ਨੌਕਰੀ ਕਰਦੀ ਸੀ। ਉਹਨਾਂ ਦੱਸਿਆ ਕਿ ਬੀਤੇ ਦਿਨੀ ਕਰੀਬ 8:30 ਵਜੇ ਫੋਨ ਦੇ ਜ਼ਰੀਏ ਉਹਨਾਂ ਨੂੰ ਪਤਾ ਲੱਗਾ ਕਿ ਨਵਨੀਤ ਦੀ ਮੌਤ ਹੋ ਗਈ। ਜਦੋਂ ਉਹਨਾਂ ਨੇ ਹਸਪਤਾਲ ਦੇ ਵਿੱਚ ਆ ਕੇ ਦੇਖਿਆ ਤਾਂ ਉਸਦੀ ਲਾਸ਼ ਐਮਰਜੈਂਸੀ ਵਾਰਡ ਦੇ ਵਿੱਚ ਪਈ ਸੀ। ਤਾਂ ਪਿਤਾ ਦੇ ਵੱਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਉਹਨਾਂ ਦੀ ਬੇਟੀ ਦਾ ਕਤਲ ਕੀਤਾ ਗਿਆ ਔਰ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਉਹ ਡਿਲੀਟ ਕੀਤੀਆਂ ਗਈਆਂ ਨੇ। ਫਿਲਹਾਲ ਇਸ ਮਾਮਲੇ ਦੇ ਵਿੱਚ ਹਸਪਤਾਲ ਪ੍ਰਸ਼ਾਸਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ, ਪਰ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅੱਜ ਇੱਥੇ ਕਿਵੇਂ ਆਏ ਸੀਗੇ ਤੁਸੀਂ, ਹਸਪੀਟਲ ਕਿਵੇਂ ਖੜੇ ਹੋ? ਮੇਰੀ ਬੇਟੀ ਐਕਸਪਾਇਰ ਹੋ ਗਈ ਸੀਗੀ। ਕੀ ਨਾਮ ਹੈ ਜੀ ਉਹਦਾ? ਜੀ ਨਵਨੀਤ ਕੌਰ ਜੀ। ਕੀ ਕੰਮ ਕਰਦੀ ਸੀ? ਸਟਾਫ ਨਰਸ ਸੀ ਬਾਗੀ ਹਸਪੀਟਲ ਜੀ। ਕਿੰਨੀ ਦੇਰ ਤੋਂ ਕੰਮ ਕਰ ਰਹੀ ਹੈ ਇੱਥੇ? ਤਕਰੀਬਨ 2 ਸਾਲ ਜੀ। ਡੈਥ ਕਿਵੇਂ ਹੋਈ ਹੈ? ਡੈਥ ਉਹਦੀ ਜੀ, ਕਿਸੇ ਨੇ ਟੀਕਾ ਲਗਾਇਆ ਜੀ ਕੁੜੀ ਦਾ, ਉਹ ਨਾਂ ਹੈਗਾ ਜੀ, ਕੀ ਨਾਂ ਜੀ, ਨਾਮ ਰੁਪਿੰਦਰ ਕੌਰ ਜੀ। ਕਿਉਂ ਟੀਕਾ ਕਿਉਂ ਲਾਇਆ? ਇੱਦਾਂ ਦੀ ਕਿਹੜੀ ਨੌਬਤ ਆਈ ਔਰ ਕਾਹਦਾ ਟੀਕਾ ਲਗਾਇਆ ਗਿਆ? ਟੀਕਾ ਕੋਈ ਪਤਾ ਨਹੀਂ ਕਿਹੜਾ ਲਗਾਇਆ ਗਿਆ ਜੀ, ਉਹ ਪੁਲਿਸ ਦੇ ਕੋਲ ਬਰਾਮਦ ਕੀਤਾ ਹੋਇਆ ਜੀ। ਤੁਹਾਨੂੰ ਕਿਸ ਨੇ ਸੂਚਿਤ ਕੀਤਾ ਜੀ? ਮੇਰੀ ਭਾਣਜੀ, ਇੱਥੇ ਸਟਾਫ ਨਰਸ ਲੱਗੀ ਸੀ, ਉਸਨੇ 8:30 ਵਜੇ। ਕਿੰਨੀ ਤਰੀਕ ਨੂੰ ਜੀ? 7 ਤਰੀਕ ਨੂੰ ਜੀ। ਹੁਣ ਇੱਥੇ ਪੋਸਟਮਾਰਟਮ ਲਈ ਆਏ? ਹਾਂਜੀ ਪੋਸਟਮਾਰਟਮ। ਕੀ ਮੰਗ ਕੀ ਕਰਦੇ ਹੋ ਜੀ? ਮੰਗ ਅਸੀਂ ਇਨਸਾਫ਼ ਦੀ ਕਰਦੇ ਹਾਂ ਜੀ, ਜੋ ਵੀ ਸਾਨੂੰ ਗਰੀਬ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇ। ਇਹ ਗੁੜੀਆ ਦਾ ਨਾਮ ਕੀ ਹੈ ਅਤੇ ਉਮਰ ਕਿੰਨੀ? ਨਵਨੀਤ ਕੌਰ ਜੀ, 27-28 ਸਾਲ। ਲੜਕੀ ਨਵਨੀਤ ਕੌਰ ਹੈ, ਇਹ ਨਰਸ ਸਟਾਫ ਲੱਗੀ ਸੀ ਬਾਗੀ ਹੋਸਪਿਟਲ, ਜਿਹਦੀ ਮਿਤੀ 7/4/2024 ਨੂੰ ਡੈਥ ਹੋਈ ਹੈ, ਜਿਹਦੇ ਬਾਰੇ ਤਫਤੀਸ਼ ਚੱਲ ਰਹੀ ਹੈ। ਅਤੇ ਪੋਸਟਮਾਰਟਮ ਦੀ ਡੈਡ ਬੋਡੀ ਅਸੀਂ ਲੈ ਕੇ ਆਏ ਸਿਵਲ ਹੋਸਪਿਟਲ, ਜਿਹੜੀ ਕਾਰਵਾਈ ਹੋਈ, ਜੋ ਰਿਪੋਰਟ ਆਈ ਉਸ ਤਰਫ ਕਾਰਵਾਈ ਹੋ ਚੁੱਕੀ ਹੈ। ਘਰ ਵਾਲਿਆਂ ਵੱਲੋਂ ਇਹਨਾਂ 'ਤੇ ਦੋਸ਼ ਲਾਏ ਜਾ ਰਹੇ ਆ ਕਿ ਸਾਡੀ ਕੁੜੀ ਵੱਲੋਂ ਜਿਹੜਾ ਸੁਸਾਈਡ ਨਹੀਂ ਕੀਤਾ ਗਿਆ, ਜਿਸ ਕਰਕੇ ਜਿਹੜਾ ਹੋਸਪਿਟਲ ਮੈਨੇਜਮੈਂਟ ਹੈ ਉਹ ਸ਼ੱਕ ਦੇ ਘੇਰੇ 'ਚ। ਤੁਹਾਡਾ ਕੀ ਕਹਿਣਾ ਜੀ? ਕੀ ਹੋ ਸਕਦਾ? ਹਜੇ ਪੋਸਟਮਾਰਟਮ ਰਿਪੋਰਟ ਆਏਗੀ, ਪੋਸਟਮਾਰਟਮ ਕਰਾਵਾਂਗੇ, ਉਸ ਤੋਂ ਬਾਅਦ ਹੀ ਜੋ ਰਿਪੋਰਟ ਆਏਗੀ ਉਸ ਮੁਤਾਬਕ ਕਾਰਵਾਈ ਹੋਏਗੀ। ਹਜੇ ਕੋਈ ਫਿਲਹਾਲ ਪਤਾ ਨਹੀਂ ਲੱਗ ਰਿਹਾ ਕਿ ਮੈਟਰ ਹੈ।